ਪਹਿਲਾ ਹੀ ਸਵਾਸ ਡੂੰਘਾ ਲਿਆ। ਸਵਾਸ ਜਦੋਂ ਖਾਲੀ ਪੇਟ ਹੁੰਦਾ ਸਵੇਰੇ ਬੈਠ ਜਾਓ। ਹੁਣ ਜਿਵੇਂ ਮੈਂ ਬੈਠਾ ਹਾਂ, ਇਹ ਹੈ ਬੱਜਰ ਆਸਣ। ਇੱਕੋ ਹੀ ਆਸਣ ਹੈ ਜਿਹੜਾ ਖਾ ਪੀ ਕੇ ਕੀਤਾ ਜਾਂਦਾ, ਇਹੀ ਕਰ ਲਓ, ਕਦੇ ਓਵਰ ਵੇਟ ਨਹੀਂ ਹੋਊ। ਆਮ ਬਿਮਾਰੀਆਂ ਓਵਰ ਵੇਟ ਦੀਆਂ ਹਨ। ਅਪਰੋਕਸੀਮੇਟਲੀ ਜਿੰਨੀ ਹਾਈਟ ਹੈ ਸਰੀਰ ਦੀ, 1 kg ਇਜ ਇਕਲ ਟੂ 1 ਫੁੱਟ, ਜਿਵੇਂ ਕਿ 1 ਫੁੱਟ 'ਚ 1 ਕਿਲੋ ਭਾਰ। ਜੇ ਹੁਣ ਮੇਰਾ ਕੱਦ ਹੈ 6 ਫੁੱਟ 2 ਇੰਚ, ਮੇਰਾ ਭਾਰ 74 ਕਿਲੋ ਚਾਹੀਦਾ। ਜੇ ਹੁਣ ਕੁਆਂਟਲਾਂ 'ਚ ਹੀ ਹੋ ਕੇ ਜਾਵੇ ਫਿਰ ਆਪੇ ਹੀ ਰੋਗ ਆ ਜਾਣੇ ਨੇ। ਫਿਟ ਅਵੇਹਾ ਜੀਵਿਆ ਜਿਤ ਖਾਏ ਵਧਾਇਆ ਪੇਟ। ਆਸਣ ਕਦੇ ਪੇਟ ਨਹੀਂ ਵਧਣ ਦਊ। ਸਿੱਧੇ ਬੈਠ ਕੇ ਆਮ ਜਦੋਂ ਬੈਦ ਖੀਰ ਛਕਾਉਂਦੇ ਪਹਿਲਾਂ ਤਾਂ ਦੌੜ ਲਵਾਇਆ ਕਰਦੇ ਮੀਲਾਂ ਦੀ, ਕਿ ਆਹ ਜਿਹੜੇ ਵਿਰੋਧੀ ਤੱਤ ਨੇ ਪਸੀਨੇ ਰਾਹੀਂ ਬਾਹਰ ਨਿਕਲ ਜਾਣ। ਪਰ ਅੱਜ ਦਾ ਰਹਿਣ ਸਹਿਣ ਐਸਾ, ਆਹ ਬੱਜਰ ਆਸਣ 'ਚ ਹੀ ਬੈਠ ਜਾਓ, ਚਲੋ ਅਭਿਆਸ ਹੋ ਜਾਊ। 3-3 ਘੰਟੇ ਵੀ ਦੇਖਿਆ ਕਿ ਬੈਠ ਹੋ ਜਾਂਦਾ, ਕੋਈ ਔਖਾ ਨਹੀਂ। ਪਰ ਅਭਿਆਸ ਨਾ ਹੋਣ ਕਾਰਨ ਅਸੀਂ ਸੁਖ ਰਹਿਣੇ ਹੋ ਗਏ। ਸੁਖ ਆਸਣ 'ਚ ਚਲੋ ਬੈਠੋ, ਆ ਜਿਹੜਾ ਚੌਂਕੜੇ ਮਾਰ ਕੇ ਸਿੱਧੇ ਹੋ ਜਾਓ, ਰੇੜ ਦੀ ਹੱਡੀ ਸਿੱਧੀ ਕਰ ਲਓ। ਹੁਣ ਬੈਦ ਖੀਰ ਛਕਾ ਕੇ ਬੱਜਰ ਆਸਣ 'ਚ ਫਿਰ ਬਿਠਾਉਂਦੇ, ਰਹਿਣ ਸਵਾਈ ਹੁੰਦਾ, ਖਾਧਾ ਪੀਤਾ ਹਜ਼ਮ ਹੋ ਜਾਂਦਾ। ਰੀੜ ਦੀ ਹੱਡੀ ਜਦੋਂ ਸਿੱਧੀ 90 ਡਿਗਰੀ 'ਤੇ ਹੋ ਗਈ ਫਿਰ ਐਨਰਜੀ ਫਲੋ ਕਰਦੀ ਹੈ ਉੱਪਰ ਨੂੰ। ਸੈਂਟਰ ਜਿਹੜੀ ਹੈ ਗ੍ਰੈਵਿਟੀ ਹੈ ਧਰਤੀ ਦੀ, ਖਿੱਚ ਹੈ ਥੱਲੇ ਨੂੰ ਖਿੱਚਦੀ ਹੈ। ਜੇ ਮਿੱਟੀ ਦਾ ਤੱਤ ਵੱਧ ਗਿਆ ਬੈਠਿਆਂ ਨੂੰ ਹੀ ਨੀਂਦ ਆਈ ਜਾਊ, ਨਿੰਦਰਾ ਦਿਰਦੀ ਹੈ। ਇਸ ਕਰਕੇ ਜਦੋਂ ਸਿੱਧੇ ਬੈਠਾਂਗੇ ਆਲ ਆਪੇ ਦੂਰ ਚਲੇ ਜਾਊ। ਸਵਾਸ ਤੇ ਧਿਆਨ ਆਊ, ਸਵਾਸ ਟਕਾਸ ਚ ਲਿਆ ਜਾਊ। ਮਹਾਂਪੁਰਸ਼ ਬੜੇ ਤਜਰਬੇ ਕਰਦੇ ਹੁੰਦੇ, ਰਾਤ ਨੂੰ ਉਹਨਾਂ ਕੋਲ ਰਹਿਣ ਦਾ ਸਮਾਂ ਮਿਲਣਾ, ਸਾਰੀ ਸਾਰੀ ਰਾਤ ਬੈਠੇ ਰਹਿੰਦੇ, ਸਵਾਸਾਂ ਦੀ ਗਿਣਤੀ ਕਰਦੇ। ਕਹਿੰਦੇ ਮੇਰੇ ਤਾਂ 6 ਹੀ ਸਵਾਸ ਆਉਂਦੇ, ਇਹ ਤੋਂ ਵੀ ਘੱਟ ਜਾਂਦੇ, ਕਹਿੰਦੇ ਰੋਕ ਵੀ ਲੈਂਦੇ। ਪੇਟ ਆ ਜਿਵੇਂ ਗਣੇਸ਼ ਜੀ ਦਾ ਇੱਕ ਪ੍ਰਤੀਕ ਹੈ, ਪੇਟ ਭਾਰਾ ਦਿਖਾਇਆ ਕਿ ਪੇਟ ਤੋਂ ਸਾਹ ਲਓ, ਡੂੰਘਾ ਸਵਾਸ ਲਓ ਤੇ ਜਦੋਂ ਛੱਡਣਾ ਹੈ। ਹੁਣ ਮਾਲਾ ਜਿਹੜਾ ਮਾਲਾ ਮੰਤਰ ਮਾਲਾ ਤੇ ਕਰਦੇ ਹਾਂ ਮੂਲ ਮੰਤਰ, ਕਿਉਂਕਿ ਗ੍ਰਹਿਆਂ ਦਾ ਅਸਰ ਹੈ। ਸੂਰਜ ਦਾ ਸੰਗਰਾਂਦ ਨਾਲ 12 ਰਾਸੀਆਂ ਹਨ, 9 ਗ੍ਰਹਿ ਨੇ, 12 ਨੂੰ 9 ਨਾਲ ਮਲਟੀਪਲਾਈ ਕਰੋ, ਗੁਣਾ 108 ਹੋ ਜਾਂਦਾ। 108 ਮਣਕੇ ਦੀ ਮਾਲਾ ਹੁੰਦੀ। ਉਹ ਕਹਿੰਦੇ ਮੰਤਰ ਦਾ ਜਾਪ ਮੂਲ ਮੰਤਰ ਦਾ ਕਰ ਲਓ, ਕੋਈ ਵਿਘਨ ਨਹੀਂ ਆ ਸਕਦਾ। ਵਿਘਨ ਬਿਨਾਸਨ ਸਭ ਦੁੱਖ ਨਾਸਨ, ਸਤਿਗੁਰ ਨਾਮ ਦਰੜਾਇਆ ਖੋ ਪਾਪ ਭੇ ਸਭ ਪਾਵਨ ਜਨ ਨਾਨਕ ਸੁਖ ਘਰ ਆਇਆ। ਹੁਣ ਪੂਰਨਵਾਸੀ ਇਹਦਾ ਸੰਬੰਧ ਚੰਦਰਮਾ ਨਾਲ, ਤੇ ਇਹਦੇ ਵਿੱਚ ਆਓ ਕਰੀਏ ਜੇ ਰਹਿਣ ਸਵਾਈ। 3 ਘੰਟੇ ਪਹਿਲਾਂ 3 ਘੰਟੇ ਬਾਅਦ ਕੁਝ ਨਾ ਛਕੋ, ਜਾਗੋ। ਜਾਗਣਾ ਹਰ ਜਾਗਣ ਨੀਕ, ਹਰ ਕੀਰਤਨ ਮੈਂ ਜਾਗਣਾ। ਸੌਂ ਸੌਂ ਕੇ ਤਾਂ ਸਮਾਂ ਲੰਘ ਗਿਆ, ਨਿੰਦਰਾ ਬਿਰਤੀ ਦਾ ਪਰਿਤਿਆਗ ਕਰਕੇ ਜਾਗ੍ਰਿਤ ਅਵਸਥਾ ਦੇ ਵਿੱਚ ਆਓ ਕਰਕੇ ਫਿਰ ਅਰਦਾਸ ਵਿੱਚ ਜੁੜ ਜਾਈਏ। ਅਰਦਾਸ ਬਿਰਥੀ ਨਹੀਂ ਜਾ ਸਕਦੀ, ਇਸ ਤਰ ਤੇ ਆਓ ਕਰਕੇ ਸਮਾਪਤੀ ਕਰੀ। ਵਾਹਿ
ਹੁਣ ਸਵਾਸ ਅੰਦਰ ਨੂੰ ਗਿਆ, ਇਹ ਤਾਂ ਦੱਸਣ ਜਾਂ ਇਹ ਤਾਂ ਸੁਣਨਾ ਹੁੰਦਾ ਅੰਦਰ। ਪੇਟ ਪੂਰਾ ਬਾਹਰ ਨੂੰ ਆ ਗਿਆ, ਹੁਣ ਸਵਾਸ ਛੱਡਣਾ, ਪੇਟ ਪੂਰਾ ਅੰਦਰ ਲੱਗ ਜਾਵੇ। ਖਾਲੀ ਪੇਟ ਇਹ ਬਹੁਤ ਸੁਖਾਲਾ ਹੋ ਜਾਂਦਾ ਹੈ। ਪਰ ਜੇ ਗਰਦਬ ਵਾਂਗੂ ਲਾਹੇ ਪੇਟ, ਧੋਤੀ ਖੁੱਲ ਵਿਛਾਏ ਹੇਠ, ਸ਼ਰਾਧ ਚੱਲਦੇ ਪੰਡਿਤ ਧੋਤੀ ਢਿੱਲੀ ਕਰਕੇ ਖੀਰ ਛਕਦੇ। ਪੇਟ ਜਦੋਂ ਪੂਰਾ ਬਾਹਰ ਨੂੰ ਆ ਜਾਂਦਾ ਫੇਰ ਹਟਦੇ, ਪਰ ਹੁਣ ਸਮਾਂ ਨਹੀਂ, ਇਹ ਤਾਂ ਬਿਮਾਰੀਆਂ ਦਾ ਘਰ ਬਣ ਜੂ। ਪੇਟ ਪੂਰਾ ਭਰ ਕੇ ਸਵਾਦ ਸਲੋ ਰੋਟੀਆਂ ਨਾਲ ਨਾ, ਪ੍ਰਸ਼ਾਦਿਆਂ ਨਾਲ, ਪਦਾਰਥਾਂ ਨਾਲ ਨਾ ਇਹਨੂੰ ਭਰੋ, ਕੁਝ ਹਵਾ ਵਾਸਤੇ ਪਾਣੀ ਵਾਸਤੇ ਵੀ ਖਾਲੀ ਰੱਖੋ। ਆਮ ਅੱਜ ਦੀ ਰਿਸਰਚ ਦੱਸਦੀ ਕਿ 80% ਫਰੂਟ 20% ਫੂਡ ਸਾਡਾ ਇਹ ਜਿਹੜੀ ਡਾਈਟ ਹੈ ਇਹਦੇ ਵਿੱਚ ਹੋਣਾ ਚਾਹੀਦਾ, ਪਰ ਸਾਡਾ ਤਾਂ ਉਲਟਾ ਹੀ ਹੋ ਗਿਆ। ਆਓ ਇਹ ਕਰੀਏ, ਫਿਰ ਜਦੋਂ ਸਵਾਸ ਛੱਡਣਾ ਪੇਟ ਪੂਰਾ ਅੰਦਰ ਲੱਗ ਜਾਵੇ। ਗੁਰੂ ਅਭਿਆਸ, ਇਹ ਤਾਂ ਇੱਕ ਦੱਸਣ ਚ ਆਇਆ, ਕਰਨ ਚ ਲਿਆਓ, ਹੁਣ ਅੰਦਰ ਨੂੰ ਜਾਓ। ਸੰਤ ਸੰਗ ਅੰਤਰ ਪ੍ਰਭ ਡਿਠਾ, ਸੰਤ ਅੰਦਰਲਾ ਖੋਲ੍ਹ ਕੇ ਦਿਖਾ ਦਿੰਦੇ ਨੇ। ਉਹੀ ਨਾਮ ਫਿਰ ਜਿਹੜਾ ਲੱਗਦਾ ਕੌੜਾ ਹੈ, ਅੰਮ੍ਰਿਤ ਕੌੜਾ ਵਿਖਿਆ ਮਿੱਠੀ, ਫਿਰ ਨਾਮ ਪ੍ਰਭੂ ਕਾ ਲਾਗਾ ਮਿੱਠਾ, ਕਿੰਨਾ ਆਨੰਦ ਆਊ। ਇਹ ਕਰਕੇ ਦੇਖੋ, ਰੋਜ਼ ਕਰਿਆ ਕਰੋ। ਹੁਣ 2 ਮਿੰਟ ਕਰਕੇ ਫਿਰ ਅਰਦਾਸ ਵਿੱਚ ਜੁੜੋ, ਉਸ ਤੋਂ ਉਪਰੰਤ ਹੁਕਮਨਾਮਾ ਸੁਣੋ, ਫਿਰ ਦਰਗਾਹੀ ਪ੍ਰਸ਼ਾਦ ਖੀਰ ਵਰਤੇਗੀ। ਰਤਵਾੜਾ ਸਾਹਿਬ ਇਹ ਚੱਲਦਾ ਸੀ ਪ੍ਰੋਗਰਾਮ, ਆ ਬਾਬਾ ਸੰਤੋਖ ਸਿੰਘ ਆਏ, ਇਹਨਾਂ ਨਾਲ ਹੀ 6 ਬੱਸਾਂ ਫਰੀਦਕੋਟ ਤੋਂ ਹੀ ਆਉਂਦੀਆਂ, ਬੜੀ ਸੰਗਤ ਆਉਂਦੀ, ਪਰ ਉੱਥੇ ਵੇਖਿਆ ਕਿ ਭੀੜਾਂ ਇਕੱਠੀਆਂ ਹੋ ਗਈਆਂ, ਪਰ ਇੱਥੇ ਰੱਖ ਲਿਆ। ਕਿੰਨਾ ਸੋਹਣਾ, ਜਗਿਆਸੇ ਹੀ ਆਉਂਦੇ ਨੇ, ਜਗਿਆਸਾ ਪੂਰੀ ਹੁੰਦੀ ਹੈ। ਆਓ ਆਹ ਹੁਣ ਅੰਦਰਲਾ ਮਾਰਗ, ਇਹ ਥੋੜ੍ਹਾ ਜਿਹਾ ਬੈਠ ਕੇ 2 ਕੁ ਮਿੰਟ ਹੀ ਚਲੋ ਕਰ ਲਈਏ ਅਭਿਆਸ, ਫਿਰ ਜਾ ਕੇ ਘਰੇ ਕਰਿਓ, ਰੋਜ਼ ਕਰਿਆ ਕਰੋ। ਇਹਦੇ ਸੁੱਖ ਹੀ ਸੁੱਖ ਮਿਲਣਗੇ, ਦੁੱਖ ਦਾ ਨਾਮ ਨਿਸ਼ਾਨ ਨਹੀਂ ਰਹੂ। ਸਾਰੇ ਆਓ ਚੁੱਪ ਕਰਕੇ ਅੰਦਰ ਸੁਣੋ।